ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਤਸਵੀਰਾਂ ਦਿਖਾ ਰਹੀ ਹੈ ਤਸਵੀਰਾਂ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਮਾਛੀਵਾੜੇ ਦੀਆਂ ਆਪਣੇ ਕੰਮ ਧੰਦੇ ਲੱਗੇ ਨੌਜਵਾਨਾਂ ਦੇ ਆਪਣੇ ਬਿਜ਼ਨਸ ਵੀ ਹੁਣ ਖਤਰੇ ਤੋਂ ਖਾਲੀ ਨਹੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ਼ਹਿਰ ਦੇ ਚਹਿਲ ਪਹਿਲ ਵਾਲੇ ਬਾਜ਼ਾਰ ਦੇ ਅੰਦਰ ਦੋ ਨੌਜਵਾਨ ਇੱਕ ਦੁਕਾਨ 'ਤੇ ਆਉਂਦੇ ਨੇ ਅਤੇ ਉਸੇ ਦੁਕਾਨ ਦੇ ਨਾਲ ਲੱਗੇ ਏ ਟੀ ਐੱਮ 'ਚੋਂ ਪੈਸੇ ਕਢਾਉਣ ਜਾਂਦੇ ਨੇ ਦੁਕਾਨਦਾਰ ਨੌਜਵਾਨ ਬੀਬੀ ਕੋਲ ਗੂਗਲ ਪੇ ਕਰਨ ਲਈ ਕਹਿੰਦੇ ਨੇ ਅਤੇ ਏ ਟੀ ਐੱਮ 'ਚੋਂ ਪੇਮੈਂਟ ਕਢਾਉਣ ਲਈ ਏ ਟੀ ਐੱਮ ਦੇ ਅੰਦਰ ਆਉਂਦੇ ਨੇ ਉੱਥੇ ਹੀ ਉਸ ਬੀਬੀ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਮੌਕਾ ਵਾਰਦਾਤ 'ਤੇ ਪੁਲਿਸ ਪਹੁੰਚ ਚੁੱਕੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਸ਼ਹਿਰ ਦੇ ਸੀ ਸੀ ਟੀ ਵੀ ਫੁਟੇਜ ਖੰਗਾਲੇ ਜਾ ਰਹੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਸ ਬੀਬੀ ਦੇ ਮੂੰਹੋਂ ਕਿ ਕਿਸ ਤਰ੍ਹਾਂ ਇਹ ਵਾਰਦਾਤ ਹੋਈ ਆ ਜਾਓ ਰਾਜ ਕੰਪਿਊਟਰ ਨਾਮ ਦੀ ਜਿਹੜੀ ਉੱਥੇ ਦੁਕਾਨ ਆ ਉਹਦੇ ਵਿੱਚ ਇੱਕ ਏ ਟੀ ਐੱਮ ਵੀ ਲੱਗਿਆ ਹੋਇਆ ਅਤੇ ਲੋਕ ਪੈਸੇ ਪੂਸਿਆਂ ਦਾ ਉਹ ਪਾਸਪੋਰਟ ਵਗੈਰਾ ਵੋਟਰ ਕਾਰਡ ਵਗੈਰਾ ਬਣਾਉਂਦੇ ਨੇ ਉੱਥੇ ਇੱਕ ਲੜਕੀ ਕੰਮ ਕਰਦੀ ਸੀ ਨੀਸ਼ੂ ਵਾਸੀ ਸਬਜ਼ੀ ਮੰਡੀ ਮਾਛੀ ਵਾਲਾ ਤਾਂ ਦੋ ਬੰਦੇ ਕਰੀਬ 4:30 ਵਜੇ ਆਏ ਮੋਟਰਸਾਈਕਲ ਆਪਣਾ ਬਾਹਰ ਖੜਾ ਕੱਲ੍ਹ ਅੰਦਰ ਚਲੇਗਾ ਉਹਨੂੰ ਕਹਿਣ ਲੱਗੇ ਵੀ ਅਸੀਂ ਏ ਟੀ ਐੱਮ ਰਾਹੀਂ ਪੈਸੇ ਲੈਣੇ ਮੁੜ ਕੇ ਕਹਿੰਦੇ ਵੀ ਅਸੀਂ ਏ ਟੀ ਐੱਮ 'ਚੋਂ ਕਢਾ ਲੈਣੇ ਏ ਟੀ ਐੱਮ 'ਤੇ ਜਦੋਂ ਕਢਾਉਣ ਲੱਗੇ ਉਹ ਲੜਕੀ ਨੂੰ ਕਹਿ ਤਾ ਕੈਬਨ 'ਚ ਬੈਠੀ ਸੀ ਉਹ ਵੀ ਇਹ ਏ ਟੀ ਐੱਮ ਚੱਲਣ ਨਹੀਂ ਰਿਹਾ ਉਹਨੇ ਕੁੰਡੀ ਖੋਲ੍ਹੀ ਆਪਣੇ ਕੈਬਨ ਦੀ ਅਤੇ ਬਾਹਰ ਆ ਗਈ ਚੈੱਕ ਕਰ ਲਈ ਇੰਨੇ ਵਿੱਚ ਉਹਦਾ ਬੈਗ ਪਿਆ ਸੀਗਾ ਉਹਨੇ ਬੈਗ ਆਪਣਾ ਹੱਥ 'ਚ ਫੜ ਲਿਆ ਇੱਕ ਨੇ ਉਹਨੂੰ ਫੜ ਲਿਆ ਦੂਜੇ ਨੇ ਉਹਦਾ ਬੈਗ ਖੋਲ੍ਹਿਆ ਇਹਦੇ ਵਿੱਚ
40,000 ਰੁਪਿਆ ਸੀਗਾ ਤੇ ਇੱਕ ਉਹਦਾ ਮੋਬਾਈਲ ਸੀ ਉਹ ਭੱਜ ਗਿਆ। ਸੀਸੀਟੀਵੀ ਫੁਟੇਜ ਵਗੈਰਾ ਦੇਖੀ ਆ ਉੱਥੇ ਉਹਦੇ ਆਧਾਰ 'ਤੇ ਅਸੀਂ ਜਲਦੀ ਇਹਨਾਂ ਨੂੰ ਟਰੇਸ ਕਰਦੇ।